ਗੁਰਮੁਖੀ ਦੀ ਲੜਾਈ ਤੋਂ ਪਿੱਛੋਂ ਕੁਝ ਸਿੱਖ ਭੱਜ ਕੇ ਦਰਿਆਵਾਂ ਪਾਰ ਚਲੇ ਜਾਂਦੇ ਹਨ ਅਤੇ ਕੁਝ ਸਿੱਖ ਤੇਜ ਸਿੰਘ ਦੀ ਫੌਜ ਵਿੱਚ ਆ ਰਲਦੇ ਹਨ। 20 ਦਸੰਬਰ ਨੂੰ ਫੇਰੂ ਸ਼ਹਿਰ ਤੇ ਸੁਲਤਾਨ ਖਾਨ ਵਾਲਾ ਕੋਲ ਖਾਲਸਾ ਫੌਜਾਂ ਆ ਇਕੱਠੀਆਂ ਹੁੰਦੀਆਂ। ਫੇਰੂ ਸ਼ਹਿਰ ਨੇੜੇ ਸਿੱਖਾਂ ਨੇ ਘੋੜਸੁੰਭਾ ਮੋਰਚਾ ਬਣਵਾਇਆ। ਇਹ ਮੋਰਚਾ ਅੱਧਾ ਮੀਲ ਚੌੜਾ ਅਤੇ ਮੀਲ ਦੇ ਲਾਗੇ ਲੰਮਾ ਸੀ। ਇਸ ਵਿੱਚ 100 ਤੋਪਾਂ, 9-10 ਹਜ਼ਾਰ ਰਸਾਲਾ ਤੇ 12 ਰੈਜੀਮੈਂਟਾਂ ਪੈਦਲ ਫੌਜਾਂ ਮਿਸਰ ਲਾਲ ਸਿੰਘ ਦੀ ਕਮਾਂਡ ਹੇਠ ਅੰਗਰੇਜ਼ਾਂ ਦੀ ਉਡੀਕ ਕਰ ਰਹੀਆਂ ਸਨ। 19 ਦਸੰਬਰ ਨੂੰ ਸਬਾਥੂ ਤੇ ਕਸੌਲੀ ਦੀ ਫੌਜ ਵੀ ਮੁਦਕੀ ਸੈਨਾਪਤੀ ਗਫ ਨੂੰ ਆ ਮਿਲੀ। ਉਹ ਛੇਤੀ ਤੋਂ ਛੇਤੀ ਸਰ ਲਿਟਰਲ ਦੀ ਫੌਜ ਨੂੰ ਮਿਲਣਾ ਚਾਹੁੰਦੇ ਸਨ। ਜ਼ਖਮੀਆਂ ਨੂੰ ਮੁਦਕੀ ਹੀ ਛੱਡ ਕੇ ਉਸਨੇ ਮਿਸਰੀ ਵਾਲਾ ਵੱਲ ਕੂਚ ਕੀਤਾ। ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਕਿ ਸਿੱਖਾਂ ਦੀ ਫੌਜ ਦੇ ਮੋਰਚੇ ਤੋਂ ਦੱਖਣ ਵੱਲ ਥਾਣੀ ਹੋ ਕੇ ਜਾਇਆ ਜਾਵੇ। ਫਿਰੋਜ਼ਪੁਰ 20 ਦਸੰਬਰ ਰਾਤ ਨੂੰ ਲਿਟਰਨ ਨੂੰ ਇਹ ਹੁਕਮ ਮਿਲਦਾ ਹੈ ਅਤੇ 21 ਦਸੰਬਰ ਸਵੇਰੇ 8 ਵਜੇ ਉਹ ਉੱਥੋਂ ਤੁਰ ਪੈਂਦਾ ਹੈ। ਦੁਪਹਿਰ ਤੱਕ ਦੋਵੇਂ ਦਲ ਮਿਸਰੀ ਵਾਲੇ ਆ ਮਿਲੇ। ਮੁਦਕੀ ਫੌਜ ਦੇ ਅਫਸਰ ਸਿੱਖਾਂ ਦੀ ਬਹਾਦਰੀ ਨੂੰ ਵੇਖ ਕੇ ਇਹ ਯਕੀਨ ਰੱਖਦੇ ਸਨ ਕਿ ਉਹਨਾਂ ਦੀ ਫੌਜ 21 ਦਸੰਬਰ ਨੂੰ ਲੜੇਗੀ ਨਹੀਂ। ਇਸ ਗੱਲ ਉੱਤੇ ਸਾਰੇ ਰਾਹ ਵਿਚਾਰ ਹੁੰਦੀ ਆਈ। ਨਵੀਂ ਲਿਟਰਲ ਦੀ ਫੌਜ ਮਿਲਣ ਕਰਕੇ ਨਵਾਂ ਉਤਸ਼ਾਹ ਫਿਰ ਪੈਦਾ ਹੋ ਗਿਆ। ਮਿਲ ਜੁਲ ਕੇ ਉਸ ਸਮੇਂ ਅੰਗਰੇਜ਼ੀ ਫੌਜ 18,000 ਦੇ ਲਗਭਗ ਹੋ ਗਈ, ਜਿਸ ਕੋਲ 64 ਤੋਂ ਵੱਧ ਤੋਪਾਂ ਸਨ। ਸੈਨਾਪਤੀ ਗਫ ਨੇ ਆਪਣੀ ਫੌਜ ਨੂੰ ਇਸ ਤਰ੍ਹਾਂ ਖੜ੍ਹਾ ਕੀਤਾ। ਲਾਰਡ ਹਾਰਡਨਿੰਗ ਨੇ ਆਪਣੀ ਫੌਜ ਦਾ ਉਤਸ਼ਾਹ ਵਧਾਉਣ ਬਦਲੇ ਗਵਰਨਰ ਜਨਰਲ ਦੇ ਉੱਚੇ ਅਹੁਦੇ ਦੀ ਪਰਵਾਹ ਨਾ ਕੀਤੀ ਅਤੇ ਗਫ ਦੇ ਦਲ ਵਿੱਚ ਆ ਸ਼ਾਮਿਲ ਹੋਇਆ। ਦੋਵਾਂ ਧੜਿਆਂ ਨੇ ਮੋਰਚਾਬੰਦੀ ਕਰ ਲਈ, ਤੋਪਾਂ ਥੜਿਆਂ 'ਤੇ ਅਟਕਾਈਆਂ ਗਈਆਂ। ਸਿਪਾਹੀ ਮਰ ਮਿਟਣ ਲਈ ਸ਼ਹਾਦਤ ਦਾ ਜਾਮ ਪੀਣ ਲਈ ਅਫਸਰਾਂ ਦੇ ਹੁਕਮ ਦਾ ਇੰਤਜ਼ਾਰ ਕਰਨ ਲੱਗੇ। ਇਹ ਤਿਆਰੀਆਂ ਕਰਦਿਆਂ ਕਰਾਉਂਦਿਆਂ 1 ਘੰਟਾ ਦਿਨ ਰਹਿ ਗਿਆ। 21 ਦਸੰਬਰ ਦੇ ਦਿਨ ਦਾ ਤੇਜ਼ ਪੈਰੋ ਪੈਰ ਘੱਟ ਰਿਹਾ ਸੀ ਜਾਂ ਅੰਗਰੇਜ਼ਾਂ ਨੇ ਆਪਣੀਆਂ ਤੋਪਾਂ ਨੂੰ ਜਾ ਪਲੀਤੇ ਲਾਏ। ਉੱਧਰ ਸਿੱਖਾਂ ਦੀਆਂ ਤੋਪਾਂ ਵੀ ਅੱਗ ਉਗਲਣ ਲੱਗੀਆਂ। ਹੁਣ ਅੰਗਰੇਜ਼ਾਂ ਦੀ ਪਹਿਲੀ ਪਾਲ ਅੱਗੇ ਵਧੀ ਅਤੇ ਵੱਧਦੀ ਸਿੱਖਾਂ ਦੇ ਵੱਲ 300 ਗਜ਼ ਦੀ ਦੂਰੀ 'ਤੇ ਆ ਗਈ। ਅੰਗਰੇਜ਼ੀ ਤੋਪਾਂ ਨੇ ਕਹਿਰ ਦੀ ਅੱਗ ਵਸਾਈ। ਸਿੱਖਾਂ ਦੀਆਂ ਤੋਪਾਂ ਨੇ ਅੱਗੋਂ ਦੂਣੇ ਬਾਲ ਨਾਲ ਉੱਤਰ ਦਿੱਤਾ। ਹੁਣ ਅੰਗਰੇਜ਼ੀ ਫੌਜਾਂ ਵਧਦੀਆਂ ਸਿੱਖਾਂ ਦੇ ਮੋਰਚੇ ਤੱਕ ਵੱਧ ਗਈਆਂ ਆ ਗਈਆਂ। ਪਰ ਅੱਗੋਂ ਸਿੱਖ ਘਬਰਾਏ ਬਿਲਕੁਲ ਨਾ, ਉਹ ਦੂਣੇ ਬਾਲ ਨਾਲ ਅੱਗੋਂ ਗੋਲਾਬਾਰੀ ਕਰਨ ਲੱਗੇ। ਹਰੀ ਸਮਿਥ ਦੀ ਫੌਜ ਬਿਜਲੀ ਵਾਂਗ ਗਰਜ ਕੇ ਸਿੱਖਾਂ 'ਤੇ ਜਾ ਪਈ ਅਤੇ ਸਿੱਖਾਂ ਦੀਆਂ 6 ਤੋਪਾਂ ਉਸਨੇ ਖੋਹ ਲਈਆਂ। ਲਾਗੇ ਹੀ ਮਾਨਾਂ ਵਾਲੀਆਂ 4 ਪਲਟਣਾਂ ਖੜੀਆਂ ਸਨ। ਉਹਨਾਂ ਪਲਟਣਾਂ ਨੇ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਨਾਲ ਉਸ ਤੂਫਾਨ ਵਾਂਗੂ ਵਗਦੀ ਅੰਗਰੇਜ਼ੀ ਫੌਜ ਉੱਤੇ ਹਮਲਾ ਕਰ ਦਿੱਤਾ ਅਤੇ ਆਪਣੀਆਂ 6 ਦੀਆਂ 6 ਤੋਪਾਂ ਉਹਨਾਂ ਵਾਪਸ ਲੈ ਲਈਆਂ ਅਤੇ ਪਹਿਲੇ ਟਿਕਾਣੇ ਬੀੜ ਕੇ ਅੰਗਿਆਰੇ ਵਿਸਾਉਣੇ ਸ਼ੁਰੂ ਕਰ ਦਿੱਤੇ। ਹੁਣ ਅੰਗਰੇਜ਼ੀ ਫੌਜਾਂ ਨੂੰ ਪਿੱਛੇ ਹਟਣ ਤੋਂ ਬਿਨਾਂ ਕੋਈ ਰਾਹ ਨਾ ਸੁੱਝਿਆ। ਇਹ ਹਾਲ ਲਿਟਰਲ ਦੀ ਫੌਜ ਦਾ ਹੋਇਆ। ਸਿੱਖਾਂ ਨੇ ਅਜਿਹੀ ਬੇਜਗਰੀ ਨਾਲ ਗੋਲੇ ਵਰਸਾਏ ਕਿ ਅੰਗਰੇਜ਼ੀ ਤੋਪਾਂ ਥੜਿਆਂ ਤੋਂ ਹੇਠਾਂ ਡੇਗ ਦਿੱਤੀਆਂ। ਕੁਛ ਗੋਲੇ ਅੰਗਰੇਜ਼ਾਂ ਦੇ ਗੋਦਾਮ ਵਿੱਚ ਪਏ ਸਨ, ਜਿਨ੍ਹਾਂ ਨਾਲ ਰਸਦ ਦੀਆਂ ਗੱਡੀਆਂ ਚੂਰੋ ਚੂਰ ਹੋ ਗਈਆਂ ਅਤੇ ਬਰੂਦ ਨੂੰ ਅੱਗ ਲੱਗ ਗਈ। ਬਰੂਦ ਦੀਆਂ ਪੇਟੀਆਂ ਅਸਮਾਨ ਨਾਲ ਗੱਲਾਂ ਕਰਨ ਲੱਗੀਆਂ। ਇਸ ਧਮਾਕੇ ਨਾਲ ਕਈ ਅੰਗਰੇਜ਼ ਮਰ ਗਏ। ਸਾਰੀ ਫੌਜਾਂ ਵਿੱਚ ਹਲਚਲ ਮੱਚ ਗਈ। ਸਰ ਲਿਟਰਲ ਦੀ ਫੌਜ ਨੱਸ ਗਈ ਅਤੇ ਫਿਰੋਜ਼ਪੁਰ ਸ਼ਹਿਰ ਦਾ ਰੁੱਖ ਕੀਤਾ। ਵਾਲਸ ਦੀ ਫੌਜ ਭੱਜ ਕੇ ਗਿਲਬਰਟਸ ਦੀ ਫੌਜ ਦੇ ਪਿੱਛੇ ਜਾ ਲੁਕੀ। ਹਰੀ ਸਮਿਥ ਦੀ ਫੌਜ ਵੀ ਆਪਣੇ ਮੋਰਚੇ 'ਤੇ ਕਾਇਮ ਨਾ ਰਹਿ ਸਕੀ। ਕੇਵਲ ਗਿਲਬਰਟ ਦੀ ਫੌਜ ਹੀ ਆਪਣੇ ਮੋਰਚੇ 'ਤੇ ਡਟੀ ਰਹਿ ਸਕੀ। ਇਸ ਵੇਲੇ ਅੰਗਰੇਜ਼ੀ ਫੌਜ ਦੀ ਹਾਲਤ ਬਹੁਤ ਤਰਸਯੋਗ ਸੀ। ਉੱਧਰ ਸਿੱਖਾਂ ਦੀਆਂ ਫੌਜਾਂ ਦਾ ਹਾਲ ਇਹ ਸੀ। ਖਾਲਸਾਈ ਫੌਜਾਂ ਨੇ ਇਹ ਠਾਣ ਲਈ ਸੀ ਕਿ ਫਤਿਹ ਪ੍ਰਾਪਤ ਕਰਾਂਗੇ ਹੀ ਜਾਂ ਮਰ ਮਿਟਾਂਗੇ। ਮੁਦਕੀ ਦੀ ਹਾਰ ਉਹਨਾਂ ਦੇ ਦਿਲਾਂ ਵਿੱਚ ਕੰਡੇ ਵਾਂਗ ਰੜਕ ਰਹੀ ਸੀ। ਉਹ ਤਲੀ 'ਤੇ ਸਿਰ ਰੱਖ ਕੇ ਟਾਕਰਾ ਕਰ ਰਹੇ ਸਨ। ਲਾਲ ਸਿੰਘ ਦੀ ਫੌਜ ਬੜੇ ਜੋਸ਼ ਨਾਲ ਅੱਗ ਵਧਾ ਰਹੀ ਸੀ। ਸਿਪਾਹੀ ਅਤੇ ਛੋਟੇ ਅਫਸਰ ਜ਼ੋਰ ਲਾ ਰਹੇ ਸਨ ਕਿ ਉਹਨਾਂ ਨੂੰ ਜੰਗ ਵਿੱਚ ਜਾਣ ਦਿੱਤਾ ਜਾਵੇ, ਪਰ ਤੇਜ ਸਿੰਘ ਨੇ ਇਹ ਕਹਿ ਕੇ ਰੋਕ ਛੱਡਿਆ ਕਿ ਸਾਡੇ ਉੱਤੇ ਵੀ ਅੰਗਰੇਜ਼ ਹਮਲਾ ਕਰਨ ਵਾਲੇ ਹੈਗੇ ਹਨ। ਜੇਕਰ ਤੇਜ ਸਿੰਘ ਆਪਣੀ ਫੌਜ ਨੂੰ ਲਾਲ ਸਿੰਘ ਦੀ ਫੌਜ ਨਾਲ ਮਿਲਣ ਦਿੰਦਾ ਤਾਂ ਦੁਸ਼ਮਣ ਦਾ ਬਚ ਕੇ ਜਾਣਾ ਬਹੁਤ ਅਸੰਭਵ ਸੀ। ਹੁਣ ਜਿਉਂ ਜਿਉਂ ਹਨੇਰਾ ਹੁੰਦਾ ਜਾਂਦਾ ਤਿਉਂ ਤਿਉਂ ਅੰਗਰੇਜ਼ੀ ਫੌਜ ਦੀ ਘਬਰਾਹਟ ਵੱਧਦੀ ਜਾ ਰਹੀ ਸੀ। ਕਨਿੰਗਮ ਨੇ ਇਸ ਲੜਾਈ ਦਾ ਹਾਲ ਇਉਂ ਲਿਖਿਆ ਹੈ। ਤੋਪਾਂ ਥੜਿਆਂ ਤੋਂ ਡਿੱਗ ਗਈਆਂ ਅਤੇ ਗੋਲੀ ਸਿੱਕਾ ਹਵਾ ਵਿੱਚ ਉੱਡਣ ਲੱਗਾ। ਬਟਾਲੀਅਨ ਭੱਜੀਆਂ ਜਾ ਰਹੀਆਂ ਅਤੇ ਅੰਗਰੇਜ਼ੀ ਸਰਕਾਰ ਦੇ ਸਿਪਾਹੀ ਇੱਧਰ ਉੱਧਰ
खिलर गए सन। हनेरे ते सिख फौज के टाकरे ने अंग्रेजा नूं घबराहट विच पा दिता। सारिया रेजिमेंटा के सिपाही मिल गोपा हो रहे सन। हुण सिखां ने अपनियां तोपां दा मूंह उन्हां भुखे तिहाए अते थके हुए सिपाहियां वल कर दिता जिहड़े काफूस इकट्ठा करके अग सेक रहे सन। अंग्रेज़ बड़े डर ते घबराहट विच सन। अंग्रेज़ फौर ओपरे मुल्कां विच जिवें हिंदुस्तान विच वी बहुत चंगी साबित हो चुकी सी। अंग्रेजी फौज विच सारी विच कुरलाहट मच रहा सी। हुण लार्ड हार्डनी कोलों अपनी फौज की यह दुर्दशा सहारी ना गई। उसने घड़ी ते तगमे ला के अपने पुत्र नूं दे दिते अते एक जुझीला जथा लै के सिखां दे तोपखाने ते जा पिया। एक तोप जो मिंट मिंट ते अग उगल रही सी उस विच उसने किल ठोक दिते, भाव उस नूं उसदा मूंह बंद कर दिता। अगों सिख सिपाहियां ने वीरता वाली हद कर दिती। उन्हां इस दलेरी नाल टाकरा कीता लार्ड हार्डनिंग दा के लार्ड हार्डनिंग नूं अपनी तोप छड के पिछे मुड़ना पिया। थोड़े समय बाद वह तोप जो लार्ड हार्डनिंग ने जिस विच किल ठोक के उसका मूँह बंद किया सी, वह तोप थोड़े समय बाद फिर अग वसाउण लग पई। इस लड़ाई विच सिख सिपाही अते अंग्रेजी जरनैल दोवें ही सिफत दे अधिकारी हन। दोवां ने ही अपनी अपनी वीरता विखाउण लई कोई फर्क ना छड्या। पर जेकर सिख फौज विच सरदार हरी सिंह नलुआ जां महाराजा रणजीत सिंह वर्गा सेनापति हुंदा तां लड़ाई दा स्वाद आ जाना सी। हुण सारी रात थोड़ी बहुती गोलाबारी हुंदी रही। इह रात अंग्रेजां ने किवें कट्टी इह उहनां दीआं चिट्ठियां तों साफ पता लग सकदा है। लार्ड हार्डिंग विदेश दे वजीर सन। सर रॉबर्ट पील नूं लिखदा है, 21 दसंबर दी रात मेरी जिंदगी दी इक अनहोनी रात सी। रात नूं कड़ाके दी सर्दी, मैं भुखे ते नंगे आदमियां नाल रात जागदिआं कट्टी। साडे बहादुर सिपाही तोपां दीआं गड़गड़ाहट विच रात नूं भुखे सुत्ते सन। सारी रात अंग्रेजी जरनैलां विच इही गुफ्तगू हुंदी रही कि दिन चढ़न तों पहलां ही फिरोजपुर मुड़ जाणा चाहीदा है। पर सेनापति गफ अते लार्ड हार्डनिंग ने हौसला ना हारिया। वह एक आखिरी हल्ला करके अपनी किस्मत नूं अजमाउणा चाहुंदे सन। वह हार नालों मरना चंगा समझदे सन। उन्हां दी दलेरी सदका ही अंग्रेजी फौज मैदान विच डटी रही। 22 दसंबर नूं सूरज निकलदिआं ही सिखां दीआं अते अंग्रेजां दीआं तोपां ने अग वरसाउणी फिर शुरू कर दित्ती। अंग्रेजी अफसर जो तख्त जां तख्तां दी कसम खा चुके सन, बिजली वांग सिखां ते आ पए। वह छेती तों छेती ही लड़ाई नूं खत्म करना चाहुंदे सन। सेनापति गफ अते लार्ड हार्डनिंग ने आप अगे वध के हल्ले कीते। इस हल्ले विच सिख फौज का बहुत बुरा हाल होया, क्योंकि उन्हां दा सेनापति उही जो मुदकी दी जंग वाला लाल सिंह सी, जिस दी बेईमानी उत्ते किसे नूं शक ही नहीं सी। उह 21 दसंबर नूं वी पिछे हट के तमाशा वेखू दी हालत विच खड़ा रहा सी। 22 दसंबर नूं अंग्रेजां दा हल्ला हुंदिआं सार ही उह हौली हौली अपनी डोगरा फौज लै के पिछे हटदा गया। उत्तों लार्ड हार्डनिंग ने एक जोर दी हल्ला बोलिया कि जेकर अगे सिख ना होंदे तां होर कोई भी ताकत उन्हां नूं अगे वधण तों रोक ना सकदी। लाल सिंह वाली फौज दा इन्ना बुरा हाल हुंदा वेख के भी तेज सिंह ने अपनी फौज नूं लड़ाई विच शामिल होण लई नहीं कहा। इन्हें नूं लाल सिंह अपनी डोगरा फौज लै के मैदान विचों नस पिया। हुण तेज सिंह वाली खालसा फौज तों वी रह ना गया। वह बिना हुक्म की उड़ीक कित्या ही भुखे शेरां वांग दुश्मन ते टुट पई। इस फौज दे शामिल हुंदिया ही जंग दा रंग बदल गया। जिहड़ी अंग्रेजी फौज दरिया दे हड़ वांग अगे वधी आउंदी सी, उसने सिखां दी फौज नाल टकरा के पिछे हटना शुरू कर दिता। दुश्मन दे पैर उखड़े ही सन के सिखां ने एक जोर दी हल्ला कीता, जिवें उह सारी दुनिया नूं जित लैणा चाहुंदे हन। हुण तेज सिंह भी मैदान विच पहुंच गया, फौज दी मूंह रखणी लई हल्ले कराउण लगा। इस वेले अंग्रेजी फौज दी हालत उस तों वी बुरी होई जिन्नी थोड़ा समां पहलां सिख फौज दी हो गई। हुण अंग्रेजी फौज दा दारू सिक्का बिल्कुल मुक चुका सी। अंग्रेजी फौज दा एक हिस्सा फिरोजपुर नूं नस गया। किसे वी मोर्चा विच अंग्रेज़ फौज अपने पैरां सिर नहीं रह गई सी। हर एक अंग्रेजी फौज दा पैर पिछां परत रिहा सी। सारे अंग्रेजी अफसर घबरा गए सन। उस समय अचानक पंजाब दी माड़ी किस्मत अते अंग्रेजां दी चंगी किस्मत बनाउण बदले तेज सिंह अपनी सारी फौज समेत लड़ाई विचों नस गया। सिख उस समय जितन वाले ही सन के तेज सिंह ने लूड़ हरामी का
सारिया हदा पार कर दतिया। कनिंगम तेज सिंह के विसाघात बाबत इस तरह लिखता है, इस रिजर्व फौज का सेनापति तेज सिंह सी, उसकी जोशीली सच्ची सुची फौज ने सवेरे ही अंग्रेजी फौज से हमला करन दी आग्या मंगी सी, पर वह तेज सिंह खतरनाक खालसा फौज नूं खिलारन अते तबाह करवाना चाहुंदा सी। उसने हमला करन विच उस देर तक देरी कीती जद तक लाल सिंह की फौज हर थां नस ना उठी ते दुश्मन ने अपनी फौज नूं फिर दुबारा पैंतरा सिर ना कर लिया। लड़ाई अंतने दमां तक पहुँच चुकी सी जां उह झूठी मुठी लड़न लगा। सख्त हमला करन दी थां उसने कई झूठियां चालां चलियां। थोड़े समय पिछों बिना किसी कारण दे ਉਹ ਫੌਜ ਛੱਡ ਕੇ ਅੰਧਾਧੁੰਦ ਭੱਜ ਉੱਠਿਆ। ਉਸ ਵੇਲੇ ਅੰਗਰੇਜ਼ੀ ਤੋਪਖਾਨਾ ਨਕਾਰਾ ਹੋ ਚੁੱਕਿਆ ਸੀ। ਕੁਝ ਅੰਗਰੇਜ਼ੀ ਫੌਜ ਫਿਰੋਜ਼ਪੁਰ ਨੂੰ ਵਾਪਸ ਹੋ ਚੁੱਕੀ ਸੀ। ਜੇ ਉਸ ਵਕਤ ਸਿੱਖ ਦਲੇਰੀ ਨਾਲ ਅੱਗੇ ਵੱਧਦੇ ਤਾਂ ਕੋਈ ਕੋਸ਼ਿਸ਼ ਵੀ ਅੰਗਰੇਜ਼ਾਂ ਨੂੰ ਬਾਕੀ ਬਚਾ ਨਹੀਂ ਸਕਦੀ ਸੀ। ਜਿੱਤੀ ਹੋਈ ਖਾਲਸਾ ਫੌਜ ਸੈਨਾਪਤੀ ਦੀ ਗਦਾਰੀ ਕਾਰਨ ਮੈਦਾਨ ਛੱਡ ਕੇ ਨੱਸ ਗਈ। ਅੰਗਰੇਜ਼ਾਂ ਦੇ ਜਰਨੈਲ लाल सिंह ते तेज सिंह वर्गे नहीं सन। उन्हां अपनी नसी जांदी फौज नूं रोक लिया ते भज्जे जांदे सिखां उत्ते हल्ला बोल दिता ते खाली मोर्चियां ते कब्जा कर लिया। मैदान विच पै जख्मी ते फटड़ सिख फौजी अंग्रेजां दे शिकार हो गए। वैरी ते रहम करना केवल हिंदुस्तानियां ने ही सिख्या, दुनिया दियां बाकियां कौमां ने नहीं। हुण सिखां दियां 90 तोपां ते सतलुज दे पार कुछ पिंड अंग्रेजां दे हाथ आ गए, पर अपनी फौज दा सतवां हिस्सा युद्ध दी भेट करके मेजर ब्राडफुड ते वालस मारे गए। सिखां ते अंग्रेजां दा जानी नुकसान इको जिहा होया। सिखां दे लीडरां दी गदारी दे सदकां अंग्रेजां ने फेरू शहर दी लड़ाई भी जित लई। इस युद्ध बाबत कुछ इतिहासकारां ने अपनी राय इस तरह लिखी है। जनरल गार्डन लिखता है कि फेरू शहर की लड़ाई बड़िया बड़िया लड़ाइया विचों एक सी। अंग्रेजां ने जिन्नियां लड़ाइया हिंदुस्तान विच लड़ियां उन्हां सारियां नालों यह लड़ाई सख्त लड़ी गई सी। वह कहिंदा है कि सिखां ने साडी हिंदुस्तानी हुकूमत जड़ां तक हिला दित्ती। गफ ते आर्थर डी इंस लिखते हैं, कदे किसी देसी फौज ने जिस की गिनती इन्नी घट होवे अंग्रेजी फौज का टाकरा इस तरह बहादुरी नाल नहीं कीता सी। जिस तरह सिखां ने जंग फेरू शहर विच कीती सी, भावें अंग्रेजां नूं फतेह प्राप्त होई पर दलील इस दे बिल्कुल उल्ट है। जे सिखां नूं इहो जिहे सेनापति मिलदे जिन्हां दी अगवाई विच उह अपने गुण प्रगट कर सकदे तां जंग दा नतीजा कुछ होर हुंदा। दलीलां ते बहाने इस सच्चाई नूं झूठियां नहीं करदे। सिखां ने इस दृढ़ भरोसे ते फौजी नियमां ते अनुसार टाकरा किया कि सानू हिंदुस्तान विच किते भी इसकी मिसाल इहो जिही मिसाल नहीं मिलती। सिखां दी इह सफलता रणजीत सिंह दे तैयार किए गए नवें जंगी ढंग का नतीजा सी। लड़ाई का जंगी ढंग सीखण ते समझण विच सिख फौज बाकी सारियां देसी फौजां नालों चंगे ते स्याणे सन।